ਸਤਿ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਆਓ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਤਿੰਨ ਨਗਰ ਨਿਗਮਾਂ, ਮਿਊਂਸੀਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਮੁਕੰਮਲ। ਨਿਗਮ ਚੋਣਾਂ 'ਚ ਕਾਂਗਰਸ ਨੇ ਮਾਰੀ ਬਾਜ਼ੀ, ਆਪ ਤੇ ਅਕਾਲੀ ਦਲ ਦਾ ਬੁਰਾ ਹਾਲ। ਕਾਂਗਰਸੀਆਂ ਨਾਲ ਝੜਪ ਤੋਂ ਬਾਅਦ ਅਕਾਲੀ ਦਲ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਦੇ ਬਾਈਕਾਟ ਦਾ ਐਲਾਨ। ਚੋਣ ਕਮਿਸ਼ਨ ਤੋਂ ਚੋਣਾਂ ਦੁਬਾਰਾ ਕਰਾਉਣ ਦੀ ਕੀਤੀ ਮੰਗ। ਭਗਵੰਤ ਮਾਨ ਨੇ ਕਿਹਾ, ਲੋਕਤੰਤਰ ਦੀ ਹੱਤਿਆ ਕਰ ਕਾਂਗਰਸ ਨੇ ਹਾਈਜੈਕ ਕੀਤੀ ਚੋਣ। ਅਤੇ ਮਾਨਸਾ ਜੇਲ੍ਹ 'ਚ ਅਧਿਕਾਰੀ ਫੰਡ ਦੇ ਨਾਂ 'ਤੇ ਕੈਦੀਆਂ ਤੋਂ ਲੈਂਦੇ ਸਨ ਪੈਸੇ, 50,000 ਨਕਦੀ ਅਤੇ 82,000 ਦੇ ਚੈੱਕ ਸਮੇਤ ਵਿਜੀਲੈਂਸ ਨੇ ਕੀਤੇ ਕਾਬੂ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਖਬਰਾਂ। ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ 'ਤੇ 29 ਨਗਰ ਕੌਂਸਲ ਚੋਣਾਂ ਲਈ ਵੋਟਾਂ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਸ਼ਾਂਤਮਈ ਪੈ ਗਈਆਂ। ਸ਼ਾਮ 4 ਵਜੇ ਤੱਕ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਕੀਤੀ। ਤਿੰਨੋਂ ਨਿਗਮਾਂ 'ਚ 225 ਵਾਰਡਾਂ 'ਚੋਂ 222 ਅਤੇ ਨਗਰ ਪੰਚਾਇਤਾਂ ਦੇ 327 ਵਾਰਡਾਂ ਦੀ ਚੋਣਾਂ ਲਈ ਵੋਟਿੰਗ ਹੋਈ। ਇਹਨਾਂ ਚੋਣਾਂ ਵਿੱਚ ਤਕਰੀਬਨ 60% ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਨਗਰ ਨਿਗਮ ਚੋਣਾਂ ਲਈ ਲੋਕਾਂ 'ਚ ਵੱਡਾ ਉਤਸ਼ਾਹ ਇਸ ਹੱਦ ਤੱਕ ਸੀ ਕਿ ਬਜ਼ੁਰਗ ਠੰਡ ਹੋਣ ਦੇ ਬਾਵਜੂਦ ਵੀ ਵੋਟ ਪਾਉਣ ਲਈ ਪੁੱਜ ਰਹੇ ਸਨ। ਚੋਣ ਕਮਿਸ਼ਨ ਵੱਲੋਂ ਸੰਵੇਦਨਸ਼ੀਲ ਥਾਵਾਂ 'ਤੇ ਪੋਲਿੰਗ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ। ਪੰਜਾਬ ਦੀਆਂ ਇਹਨਾਂ ਸ਼ਹਿਰੀ ਖੇਤਰ ਦੀਆਂ ਸੰਸਥਾਵਾਂ 'ਚ ਪਹਿਲੀ ਵਾਰੀ ਔਰਤਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ। ਕਰਮ ਉਸ ਬੱਚੇ ਵਾਂਗ ਹੁੰਦਾ ਜਿਹੜਾ 100 ਗਊਆਂ 'ਚੋਂ ਆਪਣੀ ਮਾਂ ਲੱਭ ਲੈਂਦਾ। ਅੱਜ ਇਹਨਾਂ ਦੇ ਬੀਜੇ ਕਰਮ ਇਹ ਵੱਢ ਰਹੇ ਆ। ਨਵਜੋਤ ਸਿੰਘ ਸਿੱਧੂ ਨੇ 7-8 ਪ੍ਰੋਜੈਕਟ ਆਪਣੇ 2 ਸਾਲਾਂ 'ਚ ਕੰਪਲੀਟ ਕਰਕੇ ਉਹ ਮਾਰਨੇ ਆ। ਇਹ ਲੋਕਾਂ ਦਾ ਵਿਸ਼ਵਾਸ ਹੈ, ਇਹ ਲੋਕਾਂ ਦਾ ਪਿਆਰ ਹੈ। ਔਰ ਇਹ ਬਬੂਲ ਦੇ ਬੂਟੇ ਬੀਜ ਕੇ ਇਹ ਅੰਬ ਨਹੀਂ ਲਾ ਸਕਦੇ, ਔਰ ਇਸੇ ਕਰਕੇ ਇਹਨਾਂ ਨੂੰ ਭੁਗਤਾਨ ਕਰਨਾ ਪੈ ਰਿਹਾ। ਅਸੀਂ ਇਹ ਕਹਿੰਦੇ ਆ ਜੀ ਜ਼ੋਰ ਜ਼ਬਰ ਹੋ ਰਿਹਾ। ਇਹਨਾਂ ਨੂੰ ਪੁੱਛੋ 78 ਸੀਟਾਂ ਜਦੋਂ ਜਿੱਤੀਆਂ ਸੀ ਉਹ ਜ਼ੋਰ ਜ਼ਬਰ ਹੋਏ ਸੀ? ਜਦੋਂ 2 ਲੱਖ ਦੇ ਉੱਤੇ ਹਰੇ ਸੀ ਅਤੇ ਮਾਝੇ ਦਾ ਜਰਨੈਲ ਬਿੱਲਾ ਛੱਪੜੀ 'ਚੋਂ ਨਹਾ ਕੇ ਨਿਕਲਿਆ ਹੁੰਦਾ, ਜਿਵੇਂ ਪੂੰਛ ਥੱਲੇ ਪਾ ਕੇ ਭੱਜਿਆ ਸੀਗਾ, ਉਦੋਂ ਜ਼ੋਰ ਜ਼ਬਰ ਸੀ। ਹੁਣ ਇਹਨਾਂ ਨੂੰ ਪਤਾ ਹਾਰ ਪੱਕੀ ਹੈ, ਇਹ ਜਾਣਦੇ ਨੇ, ਇਹਨਾਂ ਨੂੰ ਪਤਾ ਵੀ ਹਾਰ ਪੱਕੀ ਹੈ। ਇਹ ਕਰਕੇ ਬਹਾਨੇ ਮਾਰਦੇ ਆ, ਇਹ ਬਹਾਨੇ ਮਾਰਦੇ ਆ। ਔਰ ਮੈਂ ਤੁਹਾਨੂੰ ਅੱਜ ਇੱਕ ਗੱਲ ਲਿਖ ਕੇ ਕਹਿੰਦਾ, ਰੋਂਡੀ ਬੱਚੇ ਦੇਖੇ, ਰੋਂਡੀ ਬੱਚੇ ਹੈ ਨਾ, ਮੈਂ ਖੇਡੂੰਗਾ ਅਤੇ ਨਾ ਮੈਂ ਖੇਡਣ ਦਊਂਗਾ। ਇਹ ਰੋਂਡੀ ਬੱਚੇ ਆ, ਰੋਂਡੀ ਬੱਚੇ, ਰੋਂਡੀ ਪੀਂਦੇ ਆ, ਫੱਟ ਪਿੱਛੇ ਉਹਨੂੰ ਕਹਿ, ਫੱਟ ਪਿੱਛੇ ਉਹਨੂੰ ਕਹਿ ਜੋਸ਼ੀ ਜੋਸ਼ੀ। ਸੂਬੇ ਦੀਆਂ 3 ਨਗਰ ਨਿਗਮਾਂ ਜਲੰਧਰ, ਪਟਿਆਲਾ, ਅੰਮ੍ਰਿਤਸਰ ਅਤੇ 29 ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਪ੍ਰਾਪਤ ਹੋਏ ਕੁਝ ਵੇਰਵਿਆਂ ਮੁਤਾਬਕ ਜਲੰਧਰ ਵਿੱਚ ਕਾਂਗਰਸ ਨੇ 80 ਚੋਂ 66 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। 8 ਭਾਜਪਾ ਦੇ ਉਮੀਦਵਾਰ, 4 ਅਕਾਲੀ ਦਲ ਅਤੇ 2 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਣ ਦੀ ਖਬਰ ਮਿਲੀ ਹੈ। ਪਟਿਆਲਾ ਨਗਰ ਨਿਗਮ ਚੋਣ ਨਤੀਜਿਆਂ 'ਚ ਕਾਂਗਰਸ ਨੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਨਗਰ ਪੰਚਾਇਤ ਮਾਹਿਲਪੁਰ ਦੀਆਂ ਚੋਣਾਂ ਦੇ ਘੋਸ਼ਿਤ ਹੋਏ ਨਤੀਜਿਆਂ 'ਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਕਾਂਗਰਸ ਦੇ 8, ਅਕਾਲੀ ਭਾਜਪਾ ਦੇ 3 ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਅੰਮ੍ਰਿਤਸਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਨੇ 69, ਅਕਾਲੀ ਦਲ ਭਾਜਪਾ ਨੇ 12, ਆਜ਼ਾਦ ਉਮੀਦਵਾਰ ਨੇ 4 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਆਪ ਨੂੰ ਅੰਮ੍ਰਿਤਸਰ ਵਿੱਚ ਵੀ ਹਾਰ ਦਾ ਮੂੰਹ ਦੇਖਣਾ ਪਿਆ। ਜਿਹੜਾ ਜਲੰਧਰ ਨਗਰ ਨਿਗਮ ਔਰ 4 ਸਾਡੀਆਂ ਲੋਕਲ ਬਾਡੀਜ਼ ਹਨ, ਇਹਨਾਂ ਦਾ ਜਿਹੜਾ ਪੂਰਾ ਅਮਨ ਅਮਾਨ ਨਾਲ ਅੱਜ ਇਲੈਕਸ਼ਨ ਪ੍ਰੋਸੈਸ ਪੂਰਾ ਹੋ ਗਿਆ। ਇਹਦੇ ਲਈ ਮੈਂ ਸੂਝਵਾਨ ਵੋਟਰ ਜਿਹੜੇ ਨੇ, ਜਿਨ੍ਹਾਂ ਨੇ ਪੂਰੀ ਸ਼ਾਂਤੀ ਬਣਾਈ ਰੱਖੀ, ਸਾਰੀਆਂ ਪੋਲੀਟੀਕਲ ਪਾਰਟੀਜ਼ ਜਿਨ੍ਹਾਂ ਨੇ ਬੜੀ ਮੈਚਿਓਰਿਟੀ ਰੱਖੀ, ਇਸ ਦੇ ਨਾਲ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਸੀ ਪੀ ਸਾਹਿਬ ਇੱਥੇ ਦੇਖ ਰਹੇ ਨੇ ਜਲੰਧਰ ਸ਼ਹਿਰ ਦੇ ਵਿੱਚ, ਔਰ ਰੂਰਲ ਪੁਲਿਸ ਨੇ ਬਾਹਰ ਦੀਆਂ 4 ਆਊਟਰ ਕੌਂਸਟੀਚੁਐਂਸੀਜ਼ ਨੂੰ ਦੇਖਿਆ ਹੈਗਾ। ਉਸ ਤੋਂ ਇਲਾਵਾ ਜਿੰਨਾ ਵੀ ਸਾਡਾ ਅਮਲਾ ਲੱਗਿਆ ਹੋਇਆ ਸੀ ਸਿਵਲ ਪ੍ਰਸ਼ਾਸਨ ਦਾ, ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਦਿਨ ਰਾਤ, ਔਰ ਇੰਨੇ ਪੀਸਫੁੱਲ ਔਰ ਠੀਕ ਤਰੀਕੇ ਨਾਲ, ਜਿਹੜੇ ਨਿਰਪੱਖ ਤਰੀਕੇ ਨਾਲ ਚੁਣਾਵ ਹੋਇਆ, ਸਾਰਿਆਂ ਨੂੰ ਮੈਂ ਧੰਨਵਾਦ ਕਰਦਾ। ਅਸੀਂ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਕਾਗਜ਼ ਭਰਨਾ ਚਾਹੇ, ਸਾਰਿਆਂ ਨੂੰ ਪੂਰਾ ਮੌਕਾ ਦਿੱਤਾ ਗਿਆ ਲੜਨ ਦਾ, ਕਿਤੇ ਨਾ ਕਿਤੇ ਕੋਈ ਇਤਰਾਜ਼ ਆਏ, ਬਟ ਅਸੀਂ ਇਹ ਇਨਸ਼ੋਰ ਕੀਤਾ ਕਿ ਇੱਕ ਬੰਦਾ ਵੱਧ ਤਾਂ ਭਾਵਾਂ ਦੀ ਕੋਈ ਚੁਣਾਵ ਲੜ ਜਾਵੇ, ਪਰ ਕੋਈ ਐਸਾ ਨਾ ਰਹੇ ਜਿਹੜਾ ਕੋਈ ਕਾਗਜ਼ ਭਰਨਾ ਚਾਹੇ ਅਤੇ ਅਸੀਂ ਉਹਦੇ ਕਾਗਜ਼ ਨਾ ਫੜੀਏ। ਪਰ ਇਹਦੇ ਲਈ ਮੈਂ ਦੁਬਾਰਾ ਤੋਂ ਸਾਰੇ ਵੋਟਰਸ ਦਾ ਧੰਨਵਾਦ ਕਰਦਾ ਹਾਂ, ਜਿਹੜੀ ਟੀਮ ਨੇ ਦਿਨ ਰਾਤ ਇੰਨੇ ਸ਼ੋਰਟ ਸਮੇਂ ਦੇ ਵਿੱਚ ਵੋਟਰ ਲਿਸਟਾਂ ਬਣਾਉਣਾ, ਪ੍ਰਿੰਟ ਕਰਨਾ, ਓਬਜੈਕਸ਼ਨਸ ਲੈਣੇ, ਵਾਰਡਬੰਦੀ ਕਰਨੀ, ਇਨ ਦਾ ਮੀਨ ਵਾਈਲ ਮਸ਼ੀਨਸ ਦਾ ਸਾਰਾ ਪ੍ਰੋਸੈਸ ਕਰਨਾ, ਸਿਕਿਉਰਿਟੀ ਅਰੇਂਜਮੈਂਟਸ ਜਿੰਨੀਆਂ ਵੀ ਪੁਲਿਸ ਨੇ ਦਿਨ ਰਾਤ ਕੀਤੀਆਂ ਇੰਨੀ ਸਰਦੀ ਦੇ ਬਾਵਜੂਦ, ਉਸ ਸਾਰੇ ਪ੍ਰੋਸੈਸ ਦੇ ਲਈ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਕਰਦਾ। ਪਟਿਆਲਾ ਦੇ ਵਾਰਡ ਨੰਬਰ 14 ਵਿੱਚ ਸਥਿਤੀ ਉਸ ਸਮੇਂ ਕਾਫੀ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਤੇ ਕਾਂਗਰਸੀ ਸਮਰਥਕ ਆਪਸ ਵਿੱਚ ਭਿੜ ਗਏ। ਝੜਪ ਦੌਰਾਨ ਕਈ ਪੱਤਰਕਾਰਾਂ ਦੇ ਵੀ ਜ਼ਖਮੀ ਹੋਣ ਦੇ ਸਮਾਚਾਰ ਹਨ। ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਨਿਗਮ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ।
ਅਕਾਲੀ ਦਲ ਨੇ ਕਾਂਗਰਸ ਪਾਰਟੀ ਅਤੇ ਪੁਲਿਸ ਦੇ ਜ਼ਰੀਏ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦਾ ਵਫਦ ਪੰਜਾਬ ਚੋਣ ਕਮਿਸ਼ਨ ਦੇ ਦਫ਼ਤਰ ਪੁੱਜਾ। ਅਕਾਲੀ ਭਾਜਪਾ ਆਗੂਆਂ ਨੇ ਚੋਣ ਕਮਿਸ਼ਨ ਕੋਲ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਰੱਦ ਕਰਕੇ ਮੁੜ ਤੋਂ ਕਰਵਾਉਣ ਦੀ ਮੰਗ ਕੀਤੀ। ਤੁਸੀਂ ਇਹ ਤੋਂ ਕੀ ਆਸ ਭਾਲਦੇ ਹੋ ਕਿ ਸਰਕਾਰ ਦੇ 9 ਮਹੀਨੇ ਦੇ ਕੀ ਕਾਰਗੁਜ਼ਾਰੀ ਹੈ? ਇਦੋਂ ਵੱਧ ਮੇਰਾ ਖਿਆਲ ਹੈ ਡੈਮੋਕ੍ਰੇਸੀ ਦਾ ਘਾਟ ਨਹੀਂ ਹੋ ਸਕਦਾ। CM ਸਾਹਿਬ ਦਾ ਆਪਣਾ ਜ਼ਿਲ੍ਹਾ ਹੈ, ਆਪਣਾ ਸ਼ਹਿਰ ਹੈ, ਅਤੇ ਅੱਜ ਇਹਨਾਂ ਨੂੰ ਇੰਨਾ ਕਿਉਂ ਕਾਰਨ ਕੀ ਹੋਇਆ? ਚਲੋ ਹੁਣ ਤੋਂ ਦੇਖਦੇ ਹਾਂ, ਹਾਲ ਤਾਂ ਲੱਗੇ ਹੋਏ ਆ ਜੀ। ਪੰਜਾਬ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਬਾਰੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਹੱਤਿਆ ਕੀਤੀ ਹੈ ਅਤੇ ਨਜ਼ਰ ਆ ਰਹੀ ਨਮੋਸ਼ੀ ਭਰੀ ਹਾਰ ਤੋਂ ਡਰਦਿਆਂ ਇਹ ਚੋਣ ਪੂਰੀ ਤਰ੍ਹਾਂ ਹਾਈਜੈਕ ਕਰ ਲਈ ਹੈ। ਆਪ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਵੱਲੋਂ ਪਟਿਆਲਾ ਸਮੇਤ ਵੱਖ ਵੱਖ ਥਾਵਾਂ 'ਤੇ ਕੀਤੀ ਗਈ ਧੱਕੇਸ਼ਾਹੀ ਨੇ ਬੂਥ ਲੁੱਟਣ ਵਾਲੇ ਪੁਰਾਣੇ ਬਿਹਾਰ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਮਾਨਸਾ ਜੇਲ੍ਹ ਵਿੱਚ ਅਧਿਕਾਰੀਆਂ ਵੱਲੋਂ ਕੈਦੀਆਂ ਤੋਂ ਫੰਡ ਦੇ ਨਾਂ 'ਤੇ ਪੈਸੇ ਇਕੱਠੇ ਕਰਨ ਦੇ ਮਾਮਲੇ ਦਾ ਵਿਜੀਲੈਂਸ ਵੱਲੋਂ ਭਾਂਡਾ ਫੋੜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੰਡ ਦੇ ਉਕਤ ਪੈਸੇ ਗੌਰਵ ਨਾਂ ਦੇ ਕੈਦੀ ਦੇ ਖਾਤੇ ਵਿੱਚ ਜਮ੍ਹਾਂ ਕਰਾਏ ਗਏ ਸਨ, ਜਿਨ੍ਹਾਂ ਦੀ ਪੁਲਿਸ ਅਧਿਕਾਰੀਆਂ ਅਤੇ ਜੇਲ੍ਹ ਵਿੱਚ ਚੱਲ ਰਹੀ ਵੈਲਫੇਅਰ ਕੰਟੀਨ ਦੇ ਇੰਚਾਰਜ ਪਵਨ ਵੱਲੋਂ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਗੌਰਵ 'ਤੇ ਦਬਾਅ ਬਣਾਉਣ ਦੇ ਲਈ ਉਸ ਦੀ ਕੁੱਟਮਾਰ ਵੀ ਕੀਤੀ ਗਈ। ਮਾਮਲੇ ਦਾ ਪਤਾ ਚੱਲਣ 'ਤੇ ਕੈਦੀ ਗੌਰਵ ਦੇ ਵਾਰਸਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ। ਵਿਜੀਲੈਂਸ ਨੇ ਯੋਜਨਾ ਮੁਤਾਬਕ ਵੈਲਫੇਅਰ ਅਫਸਰ ਅਤੇ ਕੰਟੀਨ ਇੰਚਾਰਜ ਪਵਨ ਸਿੰਘ ਨੂੰ ਗੌਰਵ ਦੇ ਵਾਰਸਾਂ ਤੋਂ 50,000 ਦੀ ਨਕਦੀ ਅਤੇ 82,600 ਰੁਪਏ ਦਾ ਚੈੱਕ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ। ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਨੂੰ ਵੀ ਮਾਮਲੇ 'ਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਜੇਲ੍ਹ ਤੰਤਰ 'ਤੇ ਸਵਾਲ ਖੜ੍ਹੇ ਹੋ ਗਏ ਹਨ। ਗੌਰਵ ਨਾਮ ਦਾ ਇੱਕ ਵਿਅਕਤੀ ਮਾਨਸਾ ਜੇਲ੍ਹ ਦੇ ਵਿੱਚ ਕੈਦ ਕੱਟ ਰਿਹਾ, ਉਹ ਅੰਦਰ ਜਿਹੜੀ ਵੈਲਫੇਅਰ ਕੰਟੀਨ ਚੱਲਦੀ ਹੈ ਉੱਥੇ ਐਜ ਏ ਅਸਿਸਟੈਂਟ ਕੰਮ ਕਰਦਾ। ਉਸ ਕੰਟੀਨ ਦਾ ਜਿਹੜਾ ਇੰਚਾਰਜ ਹੈ ਉਹ ਪਵਨ ਕੁਮਾਰ ਹੈ। ਗੌਰਵ ਦੇ ਅਕਾਊਂਟ ਵਿੱਚ ਕੁਛ ਕੈਦੀਆਂ ਦੇ ਵਾਰਸਾਂ ਵੱਲੋਂ ਪੈਸੇ ਪਵਾਏ ਗਏ ਸੀਗੇ। ਉਹ ਪੈਸੇ ਦੀ ਜਾਣਕਾਰੀ ਸੀਗੀ ਜੇਲ੍ਹ ਅਧਿਕਾਰੀਆਂ ਨੂੰ ਵੀ ਪਲੱਸ ਪਵਨ ਕੁਮਾਰ ਨੂੰ ਸੀ, ਅਤੇ ਜੇਲ੍ਹ ਅਧਿਕਾਰੀ ਪਵਨ ਕੁਮਾਰ ਨੂੰ ਤੰਗ ਕਰ ਰਹੇ ਸੀਗੇ ਵੀ ਜਿਹੜੇ ਤੇਰੇ ਅਸਿਸਟੈਂਟ ਦੇ ਅਕਾਊਂਟ ਵਿੱਚ ਪੈਸੇ ਆ ਗਏ ਨੇ ਉਹ ਪੈਸੇ ਕਢਵਾ ਕੇ ਸਾਨੂੰ ਦਿੱਤੇ ਜਾਣ। ਵਾਰ ਵਾਰ ਉਸਨੂੰ ਟੋਰਚਰ ਕਰ ਰਹੇ ਸੀਗੇ। ਅੱਜ ਤੋਂ 2 ਦਿਨ ਪਹਿਲਾਂ DSP ਬਰਾੜ ਨੇ, ਗੁਰਜੀਤ ਸਿੰਘ ਨੇ ਉਸਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਹਦੀ ਥੋੜ੍ਹੀ ਕੁਟਾਈ ਵੀ ਕੀਤੀ, ਪਲੱਸ ਉਸਨੂੰ ਮੰਦਾ ਚੰਗਾ ਵੀ ਬੋਲਿਆ ਵੀ ਤੂੰ ਜਿਹੜੇ ਪੈਸੇ ਹੈਗੇ ਨੇ ਆਪਣੇ ਅਕਾਊਂਟ ਵਿੱਚ ਪਵਾ ਲਏ ਆ, ਸਾਨੂੰ ਕਢਾ ਕੇ ਦਿੱਤੇ ਨੀਗੇ। ਜਿਸ 'ਤੇ ਉਸਨੇ ਤੰਗ ਆ ਕੇ ਆਪਣੇ ਪਿੱਛੇ ਵਾਰਸਾਂ ਨੂੰ ਫੋਨ ਕੀਤਾ ਜੋ ਹਰਿਆਣੇ ਦੇ ਰਹਿਣ ਵਾਲੇ ਸੀਗੇ ਵੀ ਮੈਨੂੰ ਜੇਲ੍ਹ ਦੇ ਵਿੱਚ ਬਹੁਤ ਟੋਰਚਰ ਕੀਤਾ ਜਾ ਰਿਹਾ, ਤੰਗ ਕੀਤਾ ਜਾ ਰਿਹਾ ਅਤੇ ਤੁਸੀਂ ਇਹਨਾਂ ਨੂੰ ਆ ਕੇ ਮਿਲੋ। ਇਹਨਾਂ ਦੀ ਮੰਗ ਸੀਗੀ ਕੈਸ਼ ਪਲੱਸ ਹੋਰ ਪੈਸੇ ਦੀ ਦੀ ਚੈੱਕ ਦੀ, ਜਿਸ 'ਤੇ ਉਹਨਾਂ ਨੇ ਅੱਜ ਇੱਕ 82,600 ਰੁਪਏ ਦਾ ਚੈੱਕ ਦਿੱਤਾ ਅਤੇ ਨਾਲ 50,000 ਰੁਪਇਆ ਨਕਦ ਲੈ ਕੇ ਉਹ ਉਹਨਾਂ ਨੂੰ ਦੇਣ ਲਈ ਆ ਗਏ। ਅਤੇ ਜੇਲ੍ਹ ਤੋਂ ਬਾਹਰ ਆ ਕੇ ਪਵਨ ਕੁਮਾਰ ਅਤੇ ਨਾਲ ਵੈਲਫੇਅਰ ਅਫਸਰ ਸਿਕੰਦਰ ਸਿੰਘ ਗੌਰਵ ਦੇ ਬ੍ਰਦਰ ਨੂੰ ਮਿਲੇ, ਜਿੱਥੇ ਉਹਨਾਂ ਨੇ ਉਹ ਚੈੱਕ ਅਤੇ ਰਿਸ਼ਵਤ ਦੇ ਪੈਸੇ ਲਏ, ਜਿਸ 'ਚ ਸਾਡੀ ਟੀਮ ਵੱਲੋਂ ਉਹਨਾਂ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ਼ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ। ਹਾਂ, ਜੇ ਤੋਂ ਬਾਹਰ ਉਹ ਰਿਸ਼ਵਤ ਲੈਣ ਦੇ ਲਈ ਹੀ ਆ ਗਏ, ਉਹਨਾਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਭੇਜਿਆ ਗਿਆ ਵੀ ਬਾਹਰ ਜਾ ਕੇ ਤੁਸੀਂ ਪੈਸੇ ਲੈ ਕੇ ਆਓ। ਹੁਣ 2 ਬੰਦੇ ਸਾਡੇ ਕੋਲ ਹੁਣ ਤੱਕ ਗ੍ਰਿਫਤਾਰ ਹੈਗੇ ਨੇ ਜੀ, ਇੱਕ ਪਵਨ ਕੁਮਾਰ ਅਤੇ ਇੱਕ ਸਿਕੰਦਰ ਸਿੰਘ ਵੈਲਫੇਅਰ ਅਫਸਰ। DSP ਜੇਲ੍ਹ ਦਾ ਵਿੱਚ ਆ ਚੁੱਕਾ ਪਰਚੇ ਦੇ ਵਿੱਚ, ਕਿਉਂਕਿ ਉਸਨੇ ਉਹਨੂੰ ਗੌਰਵ ਨੂੰ ਅੰਦਰ ਤੰਗ ਕੀਤਾ ਸੀ, ਪੈਸੇ ਦੀ ਮੰਗ ਕੀਤੀ ਸੀਗੀ, ਉਸਨੂੰ ਅੱਗੇ ਤਫਤੀਸ਼ ਦੇ ਵਿੱਚ ਲਿਆ ਕੇ ਅਤੇ ਅਗਲੀ ਕਾਰਵਾਈ। ਫਗਵਾੜਾ ਦੇ JCT ਮਿੱਲ ਫਲਾਈਓਵਰ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ
ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੰਮ੍ਰਿਤਸਰ ਵੱਲ ਜਾ ਰਹੀ ਇੱਕ ਕਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅੱਗੇ ਜਾ ਰਹੀ ਕਾਰ ਰੇਲਿੰਗ ਨੂੰ ਤੋੜਦੀ ਹੋਈ ਫਲਾਈਓਵਰ ਦੇ ਥੱਲੇ ਸ਼ੈੱਡ 'ਤੇ ਜਾ ਲਟਕੀ। ਹਾਦਸੇ ਵਿੱਚ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇ ਸੀ ਟੀ ਪੁਲ ਦੇ ਉੱਤੇ ਐਕਸੀਡੈਂਟ ਹੋਇਆ ਹੈ, ਜਿਸ ਸੰਬੰਧੀ ਇੱਕ ਗੱਡੀ ਹੇਠਾਂ ਟੀਨਾਂ 'ਤੇ ਜਾ ਡਿੱਗੀ, ਦੂਸਰੀ ਗੱਡੀ ਉੱਪਰ ਹੀ ਸੀ ਅਤੇ ਤੁਰੰਤ ਉੱਥੇ ਪੁਲਿਸ ਪਹੁੰਚੀ ਤਾਂ ਜਾ ਕੇ ਦੇਖਿਆ ਤਾਂ ਹੇਠਲੀ ਗੱਡੀ ਦੇ ਬੰਦੇ ਕੱਢ ਕੇ ਹਸਪਤਾਲ ਭੇਜੇ ਗਏ, ਜੋ ਡੀ ਐੱਮ ਸੀ ਲੈ ਗਏ ਨੇ। ਦੂਸਰੇ ਉੱਪਰਲੀ ਗੱਡੀ ਵਾਲੇ ਗਾਂਧੀ ਹਸਪਤਾਲ ਫਗਵਾੜੇ ਹੀ ਨੇ। ਦੋਨਾਂ ਦਾ ਗੱਡੀਆਂ ਦਾ ਐਕਸੀਡੈਂਟ ਹੋਇਆ, ਜੋ ਦੋਨੇ ਗੱਡੀਆਂ ਚਟਾ ਕੇ ਇੱਥੇ ਚੌਂਕੀ ਲੈ ਆਉਂਦੀਆਂ ਨੇ, ਜੋ ਅਗਲੀ ਕਾਰਵਾਈ ਹੋਵੇਗੀ ਬਣਦੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੋਨਾਂ ਗੱਡੀਆਂ 'ਚ ਕਿੰਨੇ ਬੰਦੇ ਸੀ? ਇੱਕ ਗੱਡੀ ਦੇ ਵਿੱਚ ਤਾਂ 4 ਮੁੰਡੇ ਸੀ, ਇੱਕ ਗੱਡੀ ਦੇ ਵਿੱਚ 3 ਜਾਣੇ ਸੀ, ਉਹ ਡਾਕਟਰ ਸੀ ਐੱਮ ਬੀ ਬੀ ਐੱਸ ਜਿਹਨਾਂ ਲੁਧਿਆਣੇ ਲੈ ਗਏ ਨੇ। ਇਹ ਮੁੰਡੇ ਇੱਥੇ ਹਜੇ ਹੈਗੇ ਨੇ ਗਾਂਧੀ ਹਸਪਤਾਲ ਫਗਵਾੜਾ। ਜੋ ਬਣਦੀ ਕਾਰਵਾਈ ਹੋਵੇ, ਉੱਚ ਅਫਸਰ ਕਹਿਣਗੇ ਉਸ ਤਰੀਕੇ ਨਾਲ ਇਹਨਾਂ 'ਤੇ ਕਾਰ। ਅਮਲੋਹ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 6 ਵਿੱਚ ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਆਪਣੇ ਗੱਲ ਵਿੱਚ ਕਾਂਗਰਸ ਪਾਰਟੀ ਦੇ ਨਿਸ਼ਾਨ ਵਾਲਾ ਮਫਲਰ ਪਾ ਕੇ ਮਤਦਾਨ ਕੀਤਾ ਗਿਆ। ਇਸ ਦੀ ਅਕਾਲੀ ਦਲ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਦੋਸ਼ ਲਗਾਏ ਕਿ ਧਰਮਸੋਤ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਅਕਾਲੀ ਦਲ ਨੇ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰਨ ਦੀ ਗੱਲ ਕੀਤੀ ਹੈ। ਮੈਂ ਇਸ ਗੱਲ ਦੀ ਨਿੰਦਿਆ ਕਰਦਾ ਕਿ ਅੱਜ ਸਾਡੇ ਮਾਣਯੋਗ ਕੈਬਨਿਟ ਮੰਤਰੀ ਸਾਧੂ ਧਰਮਸੋਤ ਜੋ ਇਲੈਕਸ਼ਨ ਕਮਿਸ਼ਨ ਦੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੋਟ ਪਾਉਣ ਲੱਗੇ, ਜੋ ਚੋਣ ਨਿਸ਼ਾਨ ਪੰਜੇ ਦਾ ਜੋ ਉਹਨਾਂ ਗੱਲ 'ਚ ਮਫਲਰ ਪਾਇਆ ਸੀ ਪਾ ਕੇ ਗਏ ਨੇ। ਅਕਾਲੀ ਦਲ ਨੇ ਵੀ ਇਹਦੀ ਸ਼ਿਕਾਇਤ ਕੀਤੀ ਆ। ਦੂਜੀ ਗੱਲ, ਇੱਥੇ ਦਾ ਵਿਧਾਇਕ, ਮੌਜੂਦਾ ਵਿਧਾਇਕ ਰਣਦੀਪ ਸਿੰਘ ਜੋ ਬੂਥਾਂ ਦੇ ਵਿੱਚ ਧੱਕੇ ਨਾਲ 15-15-20 ਬੰਦੇ ਲੈ ਕੇ ਅੰਦਰ ਜਾ ਰਿਹਾ, ਇਸ ਇਲੈਕਸ਼ਨ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰ ਰਿਹਾ, ਕਿਉਂਕਿ ਕਾਂਗਰਸ ਨੂੰ ਆਪਣੀ ਹਾਰ ਦਿਸ ਰਹੀ ਆ। ਹਾਰ ਨੂੰ ਦੇਖਦੇ ਹੋਏ ਇਹ ਪ੍ਰਸ਼ਾਸਨ ਦੇ ਪ੍ਰੈਸ਼ਰ ਪਾ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਨੇ ਸਾਰੇ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜੇ ਕੱਲ੍ਹ 18 ਦਸੰਬਰ ਨੂੰ ਆਉਣਗੇ। ਗੁਜਰਾਤ ਵਿੱਚ ਕੁੱਲ 182 ਵਿਧਾਨ ਸਭਾ ਸੀਟਾਂ ਅਤੇ ਹਿਮਾਚਲ ਵਿੱਚ 68 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਦੱਸਣਯੋਗ ਹੈ ਕਿ 68 ਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੀ ਸਰਕਾਰ, ਜਦਕਿ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ। ਭਾਜਪਾ ਵੱਲੋਂ ਦੋਵਾਂ ਸੂਬਿਆਂ ਵਿੱਚ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਬਾਲੀਵੁੱਡ ਕਲਾਕਾਰ ਸੋਨੂ ਸੂਦ ਵੱਲੋਂ ਫਾਜ਼ਿਲਕਾ ਦੇ ਆਸਫ ਵਾਲਾ ਪਿੰਡ ਵਿੱਚ 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਇੱਥੇ ਬਣਨ ਵਾਲੇ ਵਿਕਟਰੀ ਟਾਵਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਸਮਾਧੀ ਥਾਂ ਉੱਤੇ ਬਣੇ ਮਿਊਜ਼ੀਅਮ ਹਾਲ ਦਾ ਵੀ ਦੌਰਾ ਕੀਤਾ ਅਤੇ 1971 ਦੀ ਜੰਗ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਰਾਜਪਾਲ ਵੱਲੋਂ ਸ਼ਹੀਦੀ ਸਮਾਰਕ ਨੂੰ 1,50,000 ਰੁਪਏ ਦੀ ਗ੍ਰਾਂਟ ਭੇਂਟ ਕੀਤੀ ਗਈ। 1971 ਵਾਰ ਫਜ਼ਿਲਕਾ ਸੈਕਟਰ ਪੇ ਜੋ ਲੜਾਈ ਹੋਈ ਔਰ ਜਿਤਨੇ ਵੀ ਸੂਰਵੀਰ ਜਾਨਬਾਜ ਵੀਰ ਯੋਧਾ ਜੋ ਯਹਾਂ ਪੇ ਕਾਮ ਆਏ ਔਰ ਉਸ ਵਕਤ ਸੇ ਹੀ ਫਜ਼ਿਲਕਾ ਕੋ ਜਿਨ੍ਹੋਂਨੇ ਬਚਾਇਆ ਉਸਕੇ ਲੀਏ ਹੀ ਯਹਾਂ ਇੱਕ ਬਹੁਤ ਬੜਾ ਕਾਰਿਕ੍ਰਮ ਮੇਲਾ ਰੱਖਾ ਗਿਆ ਹੈ। ਹਰ ਵਰਸ਼ ਰੱਖਾ ਜਾਤਾ ਹੈ, 46 ਵਰਸ਼ ਹੋ ਗਏ। मुझे जो यहाँ आने का जो सौभाग्य प्राप्त हुआ, श्रद्धांजलि अर्पित करने का हुआ है, मैं सोचता हूँ कि मैं बहुत ऑनर्ड हूँ कि इस कार्यक्रम में मैं भी शामिल हो सका। मैं चाहता हूँ कि जैसे फजिलका के लोगों ने इसका सहयोग दिया है, क्योंकि लोगों से ही ये सहयोग से ही आगे बढ़ता है। कैसे याद करते रहते हैं, हर वर्ष करते हैं, मेला यहाँ पे भरता है। यहाँ पे जो मार्टियर्स के लिए एक म्यूज़ियम बनाया है, मैं भी चाहता हूँ कि इसका बड़ा रूप और बने। हर वर्ष इसको इसी भांति और इससे भी बड़ा कार्यक्रम यहाँ पे बने। सभी शूरवीर योद्धाओं को हर वर्ष याद करें और मार्टियर्स को हम लोग याद करें। मैं भी इसमें हर वर्ष सम्मिलित होने की कोशिश करूँ। अज जो ये प्रोग्राम 71 की जंग में जोड़े फौजी शहीद होए सी 209 जिन्होंने फाजिलका बचाने वास्ते अपनी
ਸ਼ਹਾਦਤ ਦਿੱਤੀ ਸੀ ਉਹ ਉਸੇ ਇੱਕ ਸਮਾਧੀ ਸਥਲ 'ਤੇ ਹਰ ਸਾਲ ਇੱਥੇ ਮੇਲਾ ਲੱਗਦਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਉਹਦੇ 'ਚ ਸਾਡੇ ਮਾਨਯੋਗ ਗਵਰਨਰ ਸਾਹਿਬ ਅੱਜ ਆਏ ਸੀਗੇ ਸੋ ਇਸ ਕਰਕੇ ਅਸੀਂ ਇਹ ਜਿਹੜਾ ਹਰ ਸਾਲ ਮੇਲਾ ਜਿਹੜਾ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਮਨਾਉਂਦੇ ਪਹਿਲਾਂ ਵੀ ਇਸ ਸਮਾਧੀ ਸਥਲ ਨੂੰ ਬਣਾਉਣ ਵਾਸਤੇ ਗਵਰਨਮੈਂਟ ਵੱਲੋਂ ਫੰਡ ਦਿੱਤਾ ਗਿਆ ਅਗਾਂਹ ਵੀ ਅਸੀਂ ਜਿਹੜਾ ਫੰਡ ਦੇਵਾਂਗੇ। ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਲਗਾਏ ਗਏ ਵਿਰਾਸਤੀ ਮੇਲੇ ਵਿੱਚ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੀ। ਇਸ ਵਿੱਚ ਗਿੱਧਾ, ਭੰਗੜਾ, ਬੋਲੀਆਂ, ਚਰਖਾ ਮਦਾਨੀ ਅਤੇ ਪੰਜਾਬੀ ਪਹਿਰਾਵੇ ਨਾਲ ਸਜੀਆਂ ਮੁਟਿਆਰਾਂ, ਜ਼ੈਲਦਾਰ ਦੀ ਹਵੇਲੀ ਜਿਹੇ ਦ੍ਰਿਸ਼ ਦੇਖਣ ਨੂੰ ਮਿਲੇ। ਮੇਲੇ ਵਿੱਚ ਪੁੱਜੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਉਹਨਾਂ ਕਿਹਾ ਕਿ ਅਜਿਹੇ ਵਿਰਾਸਤੀ ਮੇਲਿਆਂ ਜ਼ਰੀਏ ਅਸੀਂ ਆਪਣੇ ਸੱਭਿਆਚਾਰ ਬਾਰੇ ਜਾਣ ਸਕਦੇ ਹਾਂ। ਹਾਂਜੀ, ਅਸੀਂ ਪੁਰਾਣੇ ਸੱਭਿਆਚਾਰ ਵਿੱਚ ਨੌਜਵਾਨ ਮੁਟਿਆਰਾਂ ਕੁੜੀਆਂ ਲੈ ਕੇ ਆਏ ਹਾਂਗੇ। ਸਾਨੂੰ ਪੁਰਾਣੇ ਕੱਚੇ ਘਰ ਦੇਖਣ ਨੂੰ ਮਿਲਿਆ, ਇੱਥੇ ਪੁਰਾਣੀ ਵਿਰਾਸਤ ਮਿਲੀ ਆ, ਜਿਵੇਂ ਚੱਕੀ ਨਾਲ ਮਤਲਬ ਆਟਾ ਪੀਸਣਾ, ਦਾਲਾਂ ਪੀਸਣੀਆਂ, ਚਰਖਾ ਕੱਤਣਾ, ਹੋਰ ਚੀਜ਼ਾਂ ਅਸੀਂ ਆਪਦੀ ਵੀ ਪਰਫਾਰਮੈਂਸ ਨਾਲ ਲੈ ਕੇ ਆਏ ਹਾਂ। ਅਤੇ ਨੌਜਵਾਨ ਕੁੜੀਆਂ ਜਿਨ੍ਹਾਂ ਨੂੰ ਅਸੀਂ ਬਾਹਰ ਕੱਢ ਨਹੀਂ ਸਕਦੇ ਗੇ, ਇੱਥੇ ਮਤਲਬ ਬਹੁਤ ਹੀ ਖੁਸ਼ ਹੋ ਕੇ ਨੱਚੀਆਂ ਟੱਪੀਆਂ, ਅਤੇ ਸਾਨੂੰ ਵੀ ਆਪਦੀ ਪਰਫਾਰਮੈਂਸ ਦਾ ਮੌਕਾ ਮਿਲਿਆ ਅਤੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਮਤਲਬ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਚਾਹੀਦੀ ਹੈ ਜੀ। ਹਾਂਜੀ ਹਾਂਜੀ, ਜਿਹੜੀ ਨਵੀਂ ਪੀੜ੍ਹੀ ਆ ਉਹ ਬਿਲਕੁਲ ਟੁੱਟ ਚੁੱਕੀ ਹੈ ਇਹਨਾਂ ਗੱਲਾਂ ਨਾਲ, ਉਹਨਾਂ ਨੂੰ ਪਤਾ ਨਹੀਂ ਵੀ ਚਰਖਾ ਕੀ ਹੁੰਦਾ, ਸੂਤ ਕੀ ਹੁੰਦਾ ਗਾ, ਅਤੇ ਜਾਂ ਫਿਰ ਚਾਟੀ ਮਧਾਣੀ ਵਾਲੀ ਗੱਲ, ਦੁੱਧ ਮੱਖਣ ਕਿਵੇਂ ਤਿਆਰ ਕੀਤਾ ਜਾਂਦਾ ਗਾ, ਉਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਨਵੀਂ ਪੀੜ੍ਹੀ ਨੂੰ ਵੀ। ਇਸ ਕਰਕੇ ਸਾਨੂੰ ਸਾਡਾ ਜਿਹੜੇ ਪੁਰਾਣੇ ਵਿਰਾਸਤ ਆ ਭੁੱਲਣਾ ਨਹੀਂ ਚਾਹੀਦਾ, ਦਿਖਾਉਣਾ ਚਾਹੀਦਾ ਜੀ, ਮੇਲੇ ਲੱਗਣੇ ਚਾਹੀਦੇ ਆ। ਇਹ ਮੇਲੇ ਲਗਾਤਾਰ ਹੋਣੇ ਚਾਹੀਦੇ ਆ, ਮੈਂ ਤਾਂ ਕਹਿੰਦਾ ਪਿੰਡ ਪਿੰਡ ਹੋਣੇ ਚਾਹੀਦੇ ਆ, ਹਰ ਪਿੰਡ ਦੇ ਵਿੱਚ ਮੇਲਾ ਹੋਣਾ ਚਾਹੀਦਾ ਸਾਲ ਦੇ ਸਾਲ, ਉੱਥੋਂ ਦੇ ਨੌਜਵਾਨਾਂ ਨੂੰ, ਕੁੜੀਆਂ ਨੂੰ, ਬੁੜੀਆਂ ਨੂੰ ਵੀ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਵੀ ਪਾਰਟੀਸਪੇਟ ਕਰਨ ਲਈ ਹੌਸਲਾ ਅਫਜਾਈ ਕਰਨੀ ਚਾਹੀਦੀ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈੱਬ ਟੀਵੀ।